Hello everyone, thanks for watching your favorite YouTube channel ILS Plaza. Welcome back in another video. ਤਾਂ ਕੈਨੇਡਾ ਤੋਂ ਇੱਕ ਨਿਊਜ਼ ਨਿਕਲ ਕੇ ਆਈ ਹੈ ਜਿਸ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ. ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ, ਛੋਟੀ ਜਿਹੀ ਰਿਕੁਐਸਟ ਆ, ਜਿਹੜੇ ਬੱਚਿਆਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ. ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਜਿਹੜੇ ਬੈਨੀਫਿਟ ਨੇ ਉਹ ਜਲਦੀ ਦੇ ਨਾਲ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ. ਤੁਹਾਨੂੰ ਲਿਸਨਿੰਗ, ਰੀਡਿੰਗ, ਰਾਈਟਿੰਗ ਦਾ ਮਟੀਰੀਅਲ ਫ੍ਰੀ ਆਫ ਕਾਸਟ ਪ੍ਰੈਕਟਿਸ ਦੇ ਲਈ ਮਿਲੇਗਾ. ਰਾਈਟਿੰਗ ਦੇ ਟੈਂਪਲੇਟ ਜੇ ਤੁਹਾਨੂੰ ਚਾਹੀਦੇ ਆ, ਇੰਸਟਾਗ੍ਰਾਮ ਅਕਾਊਂਟ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਹੜਾ ਦੇ ਦਿੱਤਾ ਗਿਆ ਤੁਸੀਂ ਉੱਥੇ ਆ ਕੇ ਮੈਸੇਜ ਕਰ ਸਕਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਸਦਾ ਸਕਰੀਨਸ਼ਾਟ ਸ਼ੇਅਰ ਕਰੋ. ਤੁਹਾਨੂੰ ਫ੍ਰੀ ਆਫ ਕਾਸਟ ਰਾਈਟਿੰਗ ਦੇ ਟੈਂਪਲੇਟਸ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਅਤੇ ਲਿਸਨਿੰਗ ਅਤੇ ਰੀਡਿੰਗ ਦੇ ਆਨਸਰ ਤੁਸੀਂ ਐਗਜ਼ਾਮ ਹੋਣ ਤੋਂ ਬਾਅਦ ਇੱਥੇ ਆ ਕੇ ਚੈੱਕ ਕਰ ਸਕਦੇ ਹੋ. ਹਰ ਇੱਕ ਐਗਜ਼ਾਮ ਦਾ ਰਿਵਿਊ ਤੁਹਾਨੂੰ ਮਿਲੇਗਾ ਆਈਲੈਸ ਪਲਾਜ਼ਾ ਦੇ ਉੱਤੇ. ਰੀਅਲ ਐਗਜ਼ਾਮ ਮੇਂ ਜੋ ਆਈਲੈਸ ਦਾ ਮਟੀਰੀਅਲ ਆਉਂਦਾ ਗਾ ਉਹ ਟਰਾਈ ਕਰਦੇ ਹਾਂ ਕਿ ਤੁਹਾਨੂੰ ਪ੍ਰੈਕਟਿਸ ਦੇ ਲਈ ਪ੍ਰੋਵਾਈਡ ਕਰਵਾਇਆ ਜਾ ਸਕੇ. ਕੋਈ ਵੀ ਅਪਡੇਟ ਹੁੰਦੀ ਆ IDP ਦੇ ਵੱਲੋਂ, ਕੈਨੇਡਾ ਗਵਰਨਮੈਂਟ ਦੇ ਵੱਲੋਂ, IRCC ਦੇ ਵੱਲੋਂ, ਤਾਂ ਉਸਦੀ ਵੀ ਜਿਹੜੀ ਨਿਊਜ਼ ਆ, ਇਨਫੋਰਮੇਸ਼ਨ ਆ, ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ. ਜੇ ਤੁਹਾਨੂੰ ਲੱਗਦਾ ਕਿ ਚੈਨਲ ਤੁਹਾਡੀ ਹੈਲਪ ਕਰ ਸਕਦਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ. ਤਾਂ ਸਟਾਰਟ ਕਰਦੇ ਹਾਂ ਅੱਜ ਦੀ ਇਹ ਵੀਡੀਓ. ਤਾਂ ਜੀ ਕੈਨੇਡਾ ਤੋਂ ਇੱਕ ਨਿਊਜ਼ ਨਿਕਲ ਕੇ ਆਈ ਆ, ਅੰਗਰੇਜ਼ੀ ਦੇ ਨਾਂ ਆਉਣ ਕਾਰਨ ਕੈਨੇਡਾ ਤੋਂ ਵਾਪਸ ਭੇਜੇ ਦੋ ਨੌਜਵਾਨ ਅਤੇ ਸਾਢੇ ਸੇਵ ਵਣ ਵਾਲੇ TRF ਸੀ ਉਹਨਾਂ ਦੇ ਕੋਲ. TRF ਫੇਕ TRF ਲੈ ਕੇ ਉਹ ਕੈਨੇਡਾ ਪੁੱਜੇ ਸੀ. ਨੇਮ ਅਤੇ ਪਲੇਸ ਜਿਹੜੇ ਕਿ ਸਧਾਰਨ ਕਾਮਨ ਵਰਡ ਹੁੰਦੇ ਨੇ ਇੰਗਲਿਸ਼ ਲੈਂਗੁਏਜ ਦੇ, ਉਹ ਵੀ ਉਹਨਾਂ ਬਾਰੇ ਵੀ ਉਹਨਾਂ ਨੂੰ ਕੋਈ ਸਮਝ ਨਹੀਂ ਸੀ ਅਤੇ ਟ੍ਰਾਂਜਿਟ ਹਿਰਾਸਤ ਦੇ ਵਿੱਚ ਰੱਖਿਆ ਗਿਆ. ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ. ਮਤਲਬ ਕੁਝ ਬੱਚੇ ਫੇਕ TRF ਬਣਾਉਂਦੇ ਨੇ, ਆਲਸ ਦਾ ਐਗਜ਼ਾਮ ਕਲੀਅਰ ਕਰਨ ਦੇ ਲਈ ਕਿੰਨੇ ਕਿੰਨੇ ਤਰੀਕੇ ਵਰਤਦੇ ਨੇ. ਅਤੇ ਇਹਨਾਂ ਵਿੱਚੋਂ ਹੀ ਕੁਝ ਇਹ ਦੋ ਬੱਚੇ ਸੀ ਜਿਹੜੇ ਕਿ ਇੰਡੀਆ ਤੋਂ ਕੈਨੇਡਾ ਗਏ ਸੀ ਫੇਕ TRF ਲੈ ਕੇ, ਅਤੇ ਉਹਨਾਂ TRF ਦੇ ਉੱਤੇ ਸਾਢੇ ਸੇ ਬੈਂਡ ਸੀ. ਪਰ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਤਾਂ ਨੇਮ ਅਤੇ ਪਲੇਸ ਵਰਗੇ ਉਹਨਾਂ ਨੂੰ ਕਾਮਨ ਜੇ ਇੰਗਲਿਸ਼ ਦੇ ਵਰਡ ਬਾਰੇ ਕੋਈ ਸਮਝ ਨਹੀਂ ਹੈਗੀ ਸੀ ਅਤੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ ਉਸ ਤੋਂ ਬਾਅਦ ਡਿਪੋਰਟ ਕਰ ਦਿੱਤਾ. ਮਤਲਬ ਕਿ ਅੱਜ ਵੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਕਹਿ ਲਓ, ਗੁਜਰਾਤ ਦੇ ਵਿੱਚ ਕਹਿ ਲਓ, ਕਾਫੀ ਮਤਲਬ ਕਿ ਕਹਿ ਸਕਦੇ ਹਾਂ ਹਰ ਇੱਕ ਜਗ੍ਹਾ 'ਤੇ ਇੰਡੀਆ ਦੇ ਵਿੱਚ ਅਜਿਹਾ ਕੁਝ ਚੱਲ ਰਿਹਾ. ਫੇਕ TRF ਬਣਾਏ ਜਾ ਰਹੇ ਨੇ, ਆਈਲੈਟਸ ਦਾ ਐਗਜ਼ਾਮ ਕਲੀਅਰ ਕਰਨ ਦੇ ਲਈ ਕਈ ਤਰੀਕੇ ਲੱਭੇ ਜਾ ਰਹੇ ਆ ਜੋ ਕਿ ਸਹੀ ਨਹੀਂ ਹਨ, ਜਿਸ ਦਾ ਨਤੀਜਾ, ਜਿਸ ਦਾ ਰਿਜ਼ਲਟ ਸਟੂਡੈਂਟ ਦੇ ਲਈ ਬਿਲਕੁਲ ਹੀ ਵਧੀਆ ਨਹੀਂ ਹੈਗਾ. ਜਿਵੇਂ ਕਿ ਫਾਰ ਐਗਜ਼ਾਮਪਲ ਆਪਾਂ ਇਸ ਨੂੰ ਦੇਖ ਸਕਦੇ ਹਾਂ, ਇਹ ਬੱਚੇ ਵੀ ਫੇਕ TRF ਬਣਾ ਕੇ ਕੈਨੇਡਾ ਗਏ ਸੀ, ਬਟ ਹੁਣ ਜਦੋਂ ਪੁਲਿਸ ਨੂੰ ਪਤਾ ਚੱਲਿਆ ਤਾਂ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਅਤੇ ਇਹਨਾਂ ਦੇ ਉੱਤੇ ਬੈਨ ਵੀ ਲੱਗੇਗਾ. ਮਤਲਬ ਕਿ ਇਹ ਤਰੀਕੇ ਵਧੀਆ ਨਹੀਂ ਹੈਗੇ. ਆਪਣੇ ਕੋਲ ਪ੍ਰੈਪਰੇਸ਼ਨ ਦੇ ਲਈ ਸਭ ਕੁਝ ਹੈਗਾ, ਆਪਣੇ ਕੋਲ ਆਪਣੇ ਪੇਰੈਂਟਸ ਦੀ ਸਪੋਰਟ ਹੈਗੀ ਆ, ਉਹ ਆਪਾਂ ਨੂੰ ਸਪੋਰਟ ਕਰ ਰਹੇ ਨੇ, ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਸਾਰਾ ਮਟੀਰੀਅਲ ਆਪਣੇ ਚੈਨਲ ਤੋਂ ਮਿਲ ਜਾਵੇਗਾ. ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ. ਹੋਰ ਕੋਈ ਵੀ ਹੈਲਪ ਚਾਹੀਦੀ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਸ਼ੇਅਰ ਕਰ ਸਕਦੇ ਹੋ. ਕਿੰਨੇ ਹੀ ਯੂਟਿਊਬ 'ਤੇ ਚੈਨਲ ਨੇ ਜੋ ਤੁਹਾਡੀ ਹੈਲਪ ਕਰ ਰਹੇ ਨੇ, ਅਤੇ ਤੁਹਾਡੇ ਕੋਲ ਸਭ ਕੁਝ ਆ, ਕਿਸੇ ਵੀ ਸ਼ਾਰਟਕੱਟ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ. ਆਪਦਾ ਹਾਰਡ ਵਰਕ ਕਰੋ, ਪ੍ਰੈਪਰੇਸ਼ਨ ਕਰੋ ਅਤੇ ਆਪਣੇ ਡ੍ਰੀਮਸ ਨੂੰ ਪੂਰਾ ਕਰੋ. ਉਮੀਦ ਕਰਦੇ ਹਾਂ ਇਹ ਨੌਲੇਜ ਆ, ਜਿਹੜੀ ਇਹ ਇਨਫੋਰਮੇਸ਼ਨ ਆ, ਉਹ ਤੁਹਾਨੂੰ ਹੈਲਪਫੁਲ ਰਹੀ ਹੋਵੇਗੀ. ਇੱਦਾਂ ਦੀ ਜਾਣਕਾਰੀ ਦੇ ਲਈ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਚੈਨਲ 'ਤੇ ਬਣੇ ਰਿਹਾ ਕਰੋ. ਚੈਨਲ 'ਤੇ ਤੁਹਾਨੂੰ ਸ਼ੇਅਰ ਕੀਤੀ ਜਾਵੇਗੀ ਇੱਦਾਂ ਦੀ ਨਿਊਜ਼. ਥੈਂਕ ਯੂ ਸੋ ਮਚ ਗਾਇਸ ਇਸ ਵੀਡੀਓ ਨੂੰ ਅਖੀਰ ਤੱਕ ਦੇਖਣ ਦੇ ਲਈ.